ਇਤਨੇ ਮਹਾਨ ਉਹ ਕਵਿਤਾ ਦੇ ਧਨੀ ਹਨ ਕਿਉਂਕਿ ਅਸੀਂ ਸਾਰਾ ਕੁਝ ਹੋਰ ਤੇ ਸਾਰਾ ਕੁਝ ਬਹੁਤ ਲੋਕਾਂ ਤੱਕ ਪਹੁੰਚਾਇਆ ਵੀ ਇਹ ਜਾਣਦੇ ਵੀ ਹਾਂ ਉਹ ਸਾਹਿਤਕਾਰ ਕਿੰਨੇ ਕੁ ਵੱਡੇ ਨੇ ਇਹ ਸ਼ਾਇਦ ਅਸੀਂ ਅਜੇ ਆਪ ਵੀ ਇਸ ਨੂੰ ਨਹੀਂ ਸਮਝਿਆ ਤੇ ਲੋਕਾਂ ਤੱਕ ਤੇ ਅਸੀਂ ਕੀ ਪਹੁੰਚਾਉਣਾ ਹੈ ਇਹ ਮੈਂ ਸਮਝਦਾ ਵੀ ਆਹ ਜਿਹੜੀ ਪਿਛਲੇ ਕੁਝ ਸਮੇਂ ਤੋਂ ਕ੍ਰਾਂਤੀ ਆਈ ਹੈ ਇਹ ਮੇਰੇ ਆਲੋਚਕ ਵੀਰਾਂ ਨੂੰ ਜਿਹੜੇ ਨੇ ਉਹ ਸਾਰਾ ਕ੍ਰੈਡਿਟ ਜਾਂਦਾ ਹੈ ਜਿਹੜੇ ਕ੍ਰਿਟੀਸਾਈਜ਼ ਕਰਦੇ ਸਨ ਕਿ ਸਿੱਖਾਂ ਦਾ ਮਾੜਾ ਮੋਟਾ ਧਿਆਨ ਤਾਂ ਗਿਆ ਇਸ ਗ੍ਰੰਥ ਵਾਲੇ ਪਾਸੇ ਕਿ ਇਹਦੇ ਵਿੱਚ ਕਿਹੜੇ ਕਿਹੜੇ ਹੀਰੇ ਮੋਤੀ ਹਨ ਨਹੀਂ ਤਾਂ ਥੋੜ੍ਹੀਆਂ ਜਿਹੀਆਂ ਬਾਣੀਆਂ ਜਾਪ ਸਾਹਿਬ ਸੀ ਕੁਝ ਚੌਪਈ ਕੁਝ ਚੌਪਈਆਂ ਸਨ ਕੁਝ ਸਵਈਏ ਸਨ ਅਤੇ ਉਤਨਾ ਕੁ ਸਾਡੇ ਨਿਤਨੇਮ ਦਾ ਹਿੱਸਾ ਬਣ ਕੇ ਰਹਿ ਗਿਆ ਸੀ ਅਤੇ ਹੁਣ ਇਹ ਮਹਾਰਾਜ ਦੀ ਕਿਰਪਾ ਹੋਈ ਹੈ ਉਹਨਾਂ ਨੇ ਆਪਣੀ ਕਲਾ ਉਜਾਗਰ ਕਰਨ ਵਾਸਤੇ ਜਿਹੜੀ ਹੈ ਨਾ ਉਹ ਆਪ ਹੀ ਕਲਾ ਜਿਹੜੀ ਵਰਤਾਈ ਹੈ ਉਹਨਾਂ ਨੇ ਅਸੀਂ ਜਿਨ੍ਹਾਂ ਗ੍ਰੰਥਾਂ ਨੂੰ ਬਹੁਤ ਸਮਝਦੇ ਹਾਂ ਨਾ ਵੀ ਇਹ ਐਂਟੀ ਸਿੱਖ ਅੱਜ ਕਹਿ ਰਹੇ ਹਾਂ ਪਹਿਲਾਂ ਨਹੀਂ ਪਹਿਲਾਂ ਉਹਨਾਂ ਕਰਕੇ ਉਹਨਾਂ ਦੀ ਗੁਰਦੁਆਰੇ 'ਤੇ ਕਥਾ ਹੁੰਦੀ ਰਹੀ ਹੈ ਹੁਣ ਉਹ ਸਿੱਖਾਂ ਦੇ ਵਿਰੋਧੀ ਗ੍ਰੰਥ ਹੋ ਗਏ ਨੇ ਐਸਾ ਅਸੀਂ ਪੇਸ਼ ਕਰ ਰਹੇ ਹਾਂ ਐਸਾ ਹੀ ਇੱਕ ਗ੍ਰੰਥ ਜਿਹਦੀ ਬਹੁਤ ਨਿੰਦਿਆ ਕਰਦੇ ਹਾਂ ਉਹ ਗੁਰਬਿਲਾਸ ਪਾਤਸ਼ਾਹ 6ਵੀਂ ਹੈ ਜਦੋਂ ਪੜ੍ਹਾਂਗੇ ਉਹ ਬਾਬਾ ਪ੍ਰਿਥੀ ਚੰਦ ਜਿਹੜਾ ਗੁਰੂ ਪੁੱਤਰ ਹੈ ਗੁਰੂ ਪੁੱਤਰ ਦਾ ਸਤਿਕਾਰ ਨਹੀਂ ਉਹ ਕਿਤੇ ਘਟਾਉਂਦੇ ਮੀਣਾ ਕਹਿ ਕੇ ਵੀ ਨਹੀਂ ਘਟਾਉਂਦੇ ਉਹ ਕਹਿੰਦੇ ਕਿ ਇਹਨੂੰ ਇਹ ਪ੍ਰਿਥੀ ਚੰਦ ਅਗਰ ਨਹੀਂ ਹੋਵੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਅਤੇ ਗੁਰੂ ਅਰਜਨ ਦੇਵ ਦੀ ਵਡਿਆਈ ਕਿਵੇਂ ਪ੍ਰਗਟ ਹੋਵੇ ਗੁਰੂ ਅਰਜਨ ਦੇਵ ਕਿਤਨੇ ਉੱਚੇ ਹਨ ਉਹਨਾਂ ਦੇ ਗੁਣ ਜਿਹੜੇ ਨੇ ਉਦੋਂ ਪ੍ਰਗਟ ਹੁੰਦੇ ਨੇ ਜੇ ਪ੍ਰਿਥੀ ਚੰਦ ਦਾ ਵਿਹਾਰ ਇਹੋ ਜਿਹਾ ਹੁੰਦਾ ਕਿ ਉਹ ਪਿਤਾ ਜੀ ਦੀ ਆਗਿਆ ਮੰਨ ਕੇ ਕਹਿੰਦਾ ਮੈਂ ਠੀਕ ਹੈ ਤੁਸੀਂ ਆਗਿਆ ਕੀਤੀ ਮੈਂ ਲਾਹੌਰ ਚਲਾ ਜਾਂਦਾ ਵਿਆਹ 'ਤੇ ਅਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਡਿਆਈ ਕਿੱਥੋਂ ਉਸਨੇ ਇਨਕਾਰ ਕੀਤਾ ਕਿ ਨਹੀਂ ਜੀ ਮੈਂ ਤਾਂ ਇੱਥੇ ਸੇਵਾ 'ਚ ਲੱਗਿਆ ਰਹਿੰਦਾ ਬਹੁਤ ਕੰਮ ਹੁੰਦੇ ਨੇ ਇੱਥੇ ਛੱਡ ਕੇ ਮੈਂ ਕੰਮ ਕਾਜ ਕਿਵੇਂ ਜਾਵਾਂਗਾ ਉੱਥੇ ਇਹਦੇ ਤੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਜਿਹੜਾ ਉੱਚਾ ਆਚਰਣ ਉਹਨਾਂ ਦਾ ਪਿਤਾ ਪ੍ਰਤੀ ਸਤਿਕਾਰ ਅਤੇ ਪਿਆਰ ਉਹ ਪ੍ਰਗਟ ਹੁੰਦਾ ਹੈ ਠੀਕ ਇਸੇ ਤਰ੍ਹਾਂ ਦਾ ਇਹ ਜੋ ਕੁਝ ਅੱਜ ਵਰਤਾਰਾ ਵਰਤਿਆ ਹੈ ਉਹ ਇਸ ਕਰਕੇ ਕਿ ਦਸਮ ਗ੍ਰੰਥ ਉੱਤੇ ਕਿੰਤੂ ਪਰੰਤੂ ਹੋਏ ਅਤੇ ਉਹਦੇ ਵਿੱਚੋਂ ਇੱਕ ਚੰਗਿਆਈ ਸਾਡੇ ਸਾਹਮਣੇ ਆਈ ਕਿ ਅਸਾਂ ਇਹਨਾਂ ਬਾਣੀਆਂ ਉੱਤੇ ਵਿਚਾਰ ਕੀਤੀ ਨਾ ਕਦੇ ਮੈਂ ਬਹੁਤੀ ਵਿਚਾਰ ਕੀਤੀ ਸੀ ਨਾ ਕਦੇ ਆਪ ਜੀ ਨੇ ਬਹੁਤ ਵਿਚਾਰ ਕੀਤੀ ਸੀ ਮੇਰਾ ਇਸ ਬਾਣੀ ਦਾ ਸਿਲਸਿਲਾ ਜਿਹੜਾ ਹੈ ਇਸ ਬਾਣੀ 'ਤੇ ਵਿਚਾਰ ਦਾ ਇਹ ਨਹੀਂ ਸ਼ੁਰੂ ਹੋਇਆ ਕਿ ਕਿਸੇ ਮਿੱਤਰ ਨੇ ਕ੍ਰਿਸ਼ਨਾ ਅਵਤਾਰ ਦੇ ਸੰਬੰਧ ਵਿੱਚ ਕੁਛ ਮਾੜੇ ਵਿਚਾਰ ਲਿਖੇ ਅਤੇ ਫਿਰ ਮੈਂ ਉਸਦਾ ਕ੍ਰਿਸ਼ਨਾ ਅਵਤਾਰ ਦੇ ਵਿੱਚੋਂ ਖੜਗ ਸਿੰਘ ਦਾ ਜਿਹੜਾ ਸੀ ਪਹਿਲਾ ਆਰਟੀਕਲ ਮੈਂ ਲਿਖਿਆ ਖੜਗ ਸਿੰਘ ਦੇ ਹੱਕ ਵਿੱਚੋਂ ਕਿ ਇਹ ਖੜਗ ਸਿੰਘ ਦਾ ਪ੍ਰਸੰਗ ਜਿਹੜਾ ਹੈ ਇਹ ਯੂਨੀਕ ਪ੍ਰਸੰਗ ਹੈ ਇਹ ਕਿਸੇ ਜਿਹੜਾ ਹੈ ਕ੍ਰਿਸ਼ਨ ਲੀਲਾ ਦਾ ਹਿੱਸਾ ਨਹੀਂ ਹੈ ਨਾ ਖੜਗ ਸਿੰਘ ਕਦੇ ਕ੍ਰਿਸ਼ਨ ਨਾਲ ਕੋਈ ਸੰਬੰਧਾ ਕੀਤਾ ਗਿਆ ਪਰੰਤੂ ਇਹ ਗੁਰੂ ਸਾਹਿਬ ਦਾ ਇੱਕ ਮੌਲਿਕ ਦ੍ਰਿਸ਼ਟੀਕੋਣ ਹੈ ਕਿ ਕੈਸਾ ਸਿੱਖ ਪੈਦਾ ਕਰਨਾ ਹੈ